ਆ ਮੇਰੇ ਦੋ ਹੀਰੇ ਆਏ ਹੀਰੇ ਮੇਰੇ ਮੇਰੇ ਸੋਨੇ ਚਿੜੀਆਂ ਅੱਜ ਮਾਤਾ ਕੋ ਮਾਤਾ ਨੇ ਰੋਟੀ ਖਵਾਈ ਬਹੁਤ ਸਵਾਦ ਮੂਲੀ ਵਾਲੇ ਪਰੌਂਠੇ ਬਣਾਏ ਦੇਖੋ ਮੇਰੇ ਬੱਚਿਆਂ ਵਾਸਤੇ ਆ ਦੇਖੋ ਆ ਦੇਸੀ ਘਿਓ ਪਾ ਕੇ ਦਊਂਗੀ ਦੇਖ ਆ ਮੇਰਾ ਪੁੱਤ ਆਇਆ ਖਾਣ ਆਦੇ ਦੇਸੀ ਘਿਓ ਪੁੱਤਰ ਅੱਜ ਮੇਰੇ ਪੁੱਤ ਖਾ ਲਓ ਸਤਿ ਸ਼੍ਰੀ ਅਕਾਲ ਸ਼ੀ ਇਜ਼ ਮਾਈ ਮਮ and she's been taking care of me for so many years. I'm going to Nigeria right now and I said I have to eat her food before I leave. ਅਮਰੀਕਾ ਵਿੱਚ ਪੰਜਾਬ ਦਾ ਸਵਾਦ ਵੰਡਦੀ ਬੇਬੇ ਬੇਬੇ ਦੀ ਰਸੋਈ 'ਚ ਮਿਲਦਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਆਲੂ ਦੇ ਪਰੌਂਠੇ ਆਪਣੇ ਘਰ ਤੋਂ ਸੱਤ ਸਮੁੰਦਰ ਦੂਰ ਜਿੱਥੇ ਸਮੁੰਦਰਾਂ ਦੇ ਖਾਰੇ ਪਾਣੀ ਵਾਂਗ ਰਿਸ਼ਤੇ ਵੀ ਖਾਰੇ ਹੋ ਜਾਂਦੇ ਨੇ ਜਿੱਥੇ ਆਪਣੀ ਮਾਂ ਦੀ ਗੋਦ ਦਾ ਨਿੱਗ ਸਿਆਲਾਂ ਦੇ ਬਰਫੀਲੇ ਦਿਨਾਂ ਦੇ ਵਿੱਚ ਹੋਰ ਵੀ ਯਾਦ ਆਉਂਦਾ ਹੈ ਜਿੱਥੇ ਕੰਮਾਂ ਕਾਰਾਂ ਤੇ ਰੁੱਝਿਆ ਬੰਦਾ ਪਿੰਡ ਦੀ ਜੂਹ ਦੇਖਣ ਨੂੰ ਤਰਸ ਜਾਂਦਾ ਹੈ ਜਿੱਥੇ ਚਾਹੇ ਮਹਿਲ ਦੇ ਵਿੱਚ ਨੀਂਦ ਆ ਵੀ ਜਾਵੇ ਤਾਂ ਵੀ ਪਿੰਡ ਵਾਲੇ ਕੱਚੇ ਘਰ ਦਾ ਬਨੇਰਾ ਹੀ ਸੁਪਨਿਆਂ ਦੇ ਵਿੱਚ ਆਉਂਦਾ ਹੈ ਉਸ ਬੇਗਾਨੇ ਦੇਸ਼ ਵਿੱਚ ਜੇ ਤੁਹਾਨੂੰ ਮਾਂ ਦੇ ਹੱਥਾਂ ਦੀਆਂ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਖਾਣ ਨੂੰ ਮਿਲ ਜਾਏ ਤਾਂ ਫਿਰ ਕੀ ਕਹੋਗੇ ਫਿਰ ਤਾਂ ਸਵਰਗਾ ਵਰਗਾ ਨਜ਼ਾਰਾ ਵੱਜ ਜਾਂਦਾ ਹੈ ਫਿਰ ਇਹਨਾਂ ਬੇਗਾਨੇ ਦੇਸ਼ਾਂ ਦੇ ਵਿੱਚ ਆਪਣੇਪਨ ਦਾ ਅਹਿਸਾਸ ਹੋ ਜਾਂਦਾ ਹੈ ਅਮਰੀਕਾ ਦੇ ਵਿੱਚ ਕੁਝ ਇਹੋ ਜਿਹਾ ਸਵਾਦ ਅਤੇ ਆਪਣੇਪਨ ਦਾ ਅਹਿਸਾਸ ਵੰਡ ਰਹੀ ਹੈ ਪੰਜਾਬ ਦੀ ਇਹ ਬੇਬੇ ਬੇਬੇ ਪੁਸ਼ਪਾ ਰਾਣੀ ਅਮਰੀਕਾ ਦੇ ਸਿਆਟਲ ਵਿੱਚ ਫੂਡ ਡਿਲੀਵਰੀ ਦਾ ਕੰਮ ਕਰਦੀ ਹੈ ਇਸ ਦੇ ਨਾਲ ਇਸ ਬੇਬੇ ਦੀ ਰਸੋਈ ਵਿੱਚ ਜਾ ਕੇ ਵੀ ਤੁਸੀਂ ਪੰਜਾਬੀ ਖਾਣੇ ਦਾ ਸਵਾਦ ਲੈ ਸਕਦੇ ਹੋ ਅਮਰੀਕਾ ਦੀ ਭੱਜ ਦੌੜ ਵਾਲੀ ਜ਼ਿੰਦਗੀ ਦੇ ਵਿੱਚ ਉੱਥੋਂ ਦੇ ਪੀਜ਼ੇ ਬਰਗਰ ਖਾ ਕੇ ਬੰਦੇ ਦਾ ਮਨ ਉਚਾਂਟ ਹੋ ਜਾਂਦਾ ਹੈ ਤਾਂ ਬੇਬੇ ਦੀ ਰਸੋਈ ਤੋਂ ਆਉਂਦੀ ਤੜਕੇ ਦੀ ਮਹਿਕ ਉਸ ਨੂੰ ਸ਼ਾਂਤ ਕਰ ਦਿੰਦੀ ਹੈ ਸਿਆਟਲ ਦੇ ਵਿੱਚ ਰਹਿੰਦੇ ਪੰਜਾਬੀ ਅਕਸਰ ਇਸ ਬੇਬੇ ਦੀ ਰਸੋਈ ਵਿੱਚ ਖਾਣਾ ਖਾਣ ਲਈ ਆਉਂਦੇ ਨੇ ਖਾਸ ਗੱਲ ਇਹ ਹੈ ਕਿ ਬੇਬੇ ਬੇਹਦ ਹੀ ਪਿਆਰ ਅਤੇ ਆਪਣੇਪਨ ਦੇ ਨਾਲ ਨਾ ਸਿਰਫ ਖਾਣਾ ਬਣਾਉਂਦੀ ਹੈ ਸਗੋਂ ਓਨੇ ਹੀ ਪਿਆਰ ਦੇ ਨਾਲ ਇਹਨਾਂ ਬੱਚਿਆਂ ਨੂੰ ਖਾਣਾ ਪਰੋਸਦੀ ਵੀ ਹੈ ਬੇਬੇ ਦੀ ਇਸ ਰਸੋਈ ਵਿੱਚ ਤੁਹਾਨੂੰ ਮੱਕੀ ਦੀ ਰੋਟੀ ਸਰੋਂ ਦਾ ਸਾਗ ਆਲੂ ਵਾਲੇ ਪਰੌਂਠੇ ਤੇ ਕਦੇ ਮੂਲੀਆਂ ਤੇ ਕਦੇ ਗੋਭੀ ਵਾਲੇ ਪਰੌਂਠੇ ਖਾਣ ਨੂੰ ਮਿਲ ਜਾਣਗੇ ਜਦੋਂ ਬੇਬੇ ਆਪਣੀ ਮਾਂ ਵਾਂਗ ਖਾਣਾ ਪਰੋਸਦੀ ਹੈ ਇਸ ਖਾਣੇ ਦਾ ਸਵਾਦ ਹੋਰ ਵੀ ਦੂਣਾ ਹੋ ਜਾਂਦਾ ਹੈ ਇਹ ਬੇਬੇ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਸਰਗਰਮ ਹੈ ਇੰਸਟਾਗ੍ਰਾਮ ਦੇ ਉੱਤੇ ਇਸ ਬੇਬੇ ਦੇ 79,500 ਦੇ ਕਰੀਬ ਫਾਲੋਅਰਸ ਨੇ ਵੱਡੇ ਵੱਡੇ ਪੰਜਾਬੀ ਗਾਇਕ ਜਦੋਂ ਅਮਰੀਕਾ ਜਾਂਦੇ ਨੇ ਤਾਂ ਬੇਬੇ ਦੀ ਰਸੋਈ ਦੇ ਵਿੱਚ ਖਾਣਾ ਖਾਣ ਲਈ ਜ਼ਰੂਰ ਪਹੁੰਚ ਜਾਂਦੇ ਨੇ ਬੀਤੇ ਦਿਨੀ ਬੇਬੇ ਦੀ ਰਸੋਈ ਉਸ ਸਮੇਂ ਚਰਚਾ ਦੇ ਵਿੱਚ ਆਈ ਜਦੋਂ ਦਰਬਾਰ ਸਾਹਿਬ ਤੋਂ ਆਏ ਰਾਗੀ ਬੇਬੇ ਦੀ ਰਸੋਈ ਦੇ ਵਿੱਚ ਭੋਜਨ ਛਕਣ ਲਈ ਪਹੁੰਚ ਗਏ ਬੇਬੇ ਦੀ ਇਸ ਰਸੋਈ ਵਿੱਚ ਕਈ ਮਸ਼ਹੂਰ ਗਾਇਕ ਵੀ ਖਾਣਾ ਖਾਣ ਜ਼ਰੂਰ ਜਾਂਦੇ ਨੇ ਅਮਰੀਕਾ ਵਿੱਚ ਜੇਕਰ ਤੁਸੀਂ ਘਰ ਦਾ ਨਿੱਘ ਮਹਿਸੂਸ ਕਰਨਾ ਹੈ ਤਾਂ ਇਸ ਬੇਬੇ ਦੀ ਰਸੋਈ ਦੇ ਵਿੱਚ ਇੱਕ ਵਾਰ ਜ਼ਰੂਰ ਆਓ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਬਹੁਤ ਸਾਰੀਆਂ ਮੁਬਾਰਕਾਂ ਅੱਜ ਸੁਭਾਗ ਭਰੀਆਂ ਜੋੜੀਆਂ ਪਰਮਾਤਮਾ ਨੇ ਬਣਾਈਆਂ ਨੇ ਆਪਣੇ ਆਪ ਵਾਸਤੇ ਤਾਂ ਹਰ ਕੋਈ ਕਰਦਾ ਆਪਣੇ ਆਪ ਦਾ ਬੰਦੇ ਕੋਲ ਚਾਰ ਪੈਸੇ ਆ ਜਾਂਦੇ ਨੇ ਕਮਾਈ ਕਰਕੇ ਉਹ ਸੋਚਦਾ ਕਿ ਮੈਂ ਵੱਡਾ ਘਰ ਲੈ ਲਵਾਂ ਗੱਡੀ ਲੈ ਲਵਾਂ ਗਹਿਣੇ ਲੈ ਲਵਾਂ ਮੈਂ ਇੰਜੋਏ ਕਰਾਂ ਜ਼ਿੰਦਗੀ ਦੇ ਵਿੱਚ ਪਰ ਆਹ ਸਾਡੀ ਜਿਹੜੀ ਮਾਤਾ ਹੈ ਨਾ ਪੁਸ਼ਪਾ ਮਾਤਾ ਇਹ ਹਮੇਸ਼ਾ ਦੂਜਿਆਂ ਬਾਰੇ ਸੋਚਦੀ ਹੈ ਬਹੁਤ ਕਰਮਾਂ ਵਾਲੇ ਭਾਗਾਂ ਵਾਲੇ ਲੋਕ ਹੁੰਦੇ ਨੇ ਸੱਚੇ ਪਾਤਸ਼ਾਹ ਜਿਨ੍ਹਾਂ 'ਤੇ ਅਪਾਰ ਬਖਸ਼ਿਸ਼ ਕਰਦਾ ਹੈ ਨਾ ਉਹ ਬੰਦੇ ਦੂਜਿਆਂ ਬਾਰੇ ਸੋਚਦੇ ਨੇ ਨਹੀਂ ਤਾਂ ਇੱਥੇ ਜ਼ਿੰਦਗੀ 'ਚ ਆਉਂਦੇ ਨੇ ਆਪਣਾ ਇੰਜੋਇਮੈਂਟ ਕਰਕੇ ਦੁਨੀਆ ਲੰਘ ਜਾਂਦੀ ਹੈ ਪਰ ਜਦੋਂ ਕਿਸੇ ਨੂੰ ਕਿਸੇ 'ਤੇ ਭੀੜ ਪੈਂਦੀ ਆ ਜਾਂ ਕਿਸੇ ਨੂੰ ਲੋੜ ਹੁੰਦੀ ਹੈ ਕਿਸੇ ਚੀਜ਼ ਦੀ ਵੀ ਤਾਂ ਉਹ ਪਰਮਾਤਮਾ ਦੀਆਂ ਬਖਸ਼ੀਆਂ ਹੋਈਆਂ ਰੂਹਾਂ ਹੀ ਅੱਗੇ ਆ ਕੇ ਉਹਨਾਂ ਦੀ ਸੇਵਾ ਵਾਸਤੇ ਨਤਮਸਤਕ ਹੁੰਦੀਆਂ ਨੇ ਸਾਡੇ ਪੁਸ਼ਪਾ ਮਾਤਾ ਜੀ ਸਿਆਟਲ ਤੋਂ ਇਹ ਹਮੇਸ਼ਾ ਹਰੇਕ ਲੋੜਵੰਦ ਵਾਸਤੇ ਸੇਵਾ ਲਈ ਹਮੇਸ਼ਾ ਤਿਆਰ ਰਹਿੰਦੇ ਨੇ
ਇਹ ਬਖਸ਼ੀ ਹੋਈ ਰੂਹ ਹੈ ਸੱਚੇ ਪਾਤਸ਼ਾਹ ਦੀ, ਮਹਾਮਾਈ ਦੀ ਭਾਗਾਂ ਵਾਲੀ ਰੂਹ ਇਹ। ਅਸੀਂ ਹਮੇਸ਼ਾ ਜਦੋਂ ਵੀ ਸਿਆਟਲ ਜਾਈਦਾ ਹੈ ਸਾਨੂੰ ਬਹੁਤ ਸਾਰਾ ਪਿਆਰ ਮਿਲਦਾ ਮਾਤਾ ਤੋਂ। ਔਰ ਜਿਸ ਦਿਨ ਤੋਂ ਸਰਦੂਲ ਜੀ ਨੇ ਇਹ ਰਿਸ਼ਤਾ ਸਾਡਾ ਬਣਾਇਆ ਇਹਨਾਂ ਦੇ ਨਾਲ, ਅਤੇ ਅੱਜ ਤੱਕ ਨਿਭ ਰਹੇ ਹਾਂ। ਚਾਹੇ ਜਿੱਥੇ ਮਰਜ਼ੀ ਹੋਵਾਂ, ਜਿੱਡੀ ਵੱਡੀ ਮਰਜ਼ੀ ਮਜਬੂਰੀ ਹੋਵੇ, ਮਾਤਾ ਜਿੱਥੇ ਵੀ ਬੁਲਾਉਂਦੀ ਆ ਤਾਂ ਖਿੱਚੇ ਚਲੇ ਆਉਂਦੇ ਹਾਂ, ਕਿਉਂਕਿ ਰਿਸ਼ਤਾ ਹੀ ਇੱਦਾਂ ਦਾ ਬਣਾਤਾ। ਕੋਈ ਪਿਛਲੇ ਜਨਮ ਦਾ ਵੀ ਕਨੈਕਸ਼ਨ ਹੋਊਗਾ ਮਾਂ ਦੇ ਨਾਲ। ਵੰਦਨਾ ਸਾਡੀ ਭੈਣ, ਬਹੁਤ ਹੀ ਅੱਛੀਆਂ ਪਿਆਰੀਆਂ ਬਖਸ਼ੀਆਂ ਹੋਈਆਂ ਰੂਹਾਂ ਨੇ, ਬੜੀਆਂ ਪਵਿੱਤਰ ਆਤਮਾਵਾਂ ਨੇ ਇਹ, ਔਰ ਹਰੇਕ ਦਾ ਭਲਾ ਸੋਚਦੇ ਨੇ ਇਹ, ਦੂਜਿਆਂ ਦੀ ਖੁਸ਼ੀ ਦੇ ਵਿੱਚ ਆਪਣੀ ਖੁਸ਼ੀ। ਔਰ ਮੈਂ ਤਾਂ ਇਹੀ ਕਹਾਂਗੀ ਕਿ ਉਹ ਭਾਗਾਂ ਵਾਲੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਚੰਗੇ ਲੋਕਾਂ ਦੇ ਨਾਲ ਜ਼ਿੰਦਗੀ ਬਸਰ ਕਰਨ ਦਾ ਮੌਕਾ ਮਿਲਦਾ। ਸੋ ਮੈਂ ਆਪਣੇ ਆਪ ਨੂੰ ਬਹੁਤ ਭਾਗਾਂ ਵਾਲੀ ਸਮਝਦੀ ਹਾਂ। ਮੈਨੂੰ ਇਸ ਪਰਿਵਾਰ ਦੇ ਨਾਲ ਜ਼ਿੰਦਗੀ ਬਸਰ ਕਰਨ ਦਾ ਮੌਕਾ ਦਿੱਤਾ ਮੇਰੇ ਸਰਦੂਲ ਸਿਕੰਦਰ, ਮੇਰੀ ਰੂਹ ਨੇ ਔਰ ਇਸ ਪਰਮਾਤਮਾ ਨੇ। ਸਰਦੂਲ ਨੂੰ ਪੁੱਤ ਕਿਹਾ ਸੀ ਸਾਡੀ ਮਾਂ ਨੇ, ਔਰ ਉਹੀ ਰਿਸ਼ਤਾ ਮੈਂ ਮਰਦੇ ਦਮ ਤੱਕ ਨਿਭਾਉਂਦੀ ਰਹਾਂਗੀ। ਜਿੱਥੇ ਵੀ ਮੇਰੀ ਮਾਂ ਮੈਨੂੰ ਸੱਦੂਗੀ ਮੈਂ ਜਾਊਂਗੀ ਉੱਥੇ, ਔਰ ਚਾਹੇ ਮੈਨੂੰ ਚੌਂਕ ਵਿੱਚ ਵੀ ਖੜੀ ਕਰਕੇ ਆ ਜਾਊਗੀ, ਇੱਥੇ ਆ ਜਾਊਂ, ਮੂੰਹ ਤਾਂ ਇੱਥੇ ਖੜਨਾ ਤਾਂ ਮੈਂ ਉੱਥੇ ਵੀ ਖੜ ਜਾਊਂਗੀ, ਕਿਉਂਕਿ ਇਹ ਪਿਆਰ ਆ ਨਾ ਜਿਹੜਾ ਜ਼ਿੰਦਗੀ 'ਚ ਬਹੁਤ ਘੱਟ ਨਸੀਬ ਹੁੰਦਾ। ਬੰਦੇ ਬਹੁਤ ਪੈਸਾ ਵੀ ਕਮਾ ਲੈਂਦੇ ਨੇ, ਰੁਤਬੇ ਕਮਾ ਲੈਂਦੇ, ਬਾਦਸ਼ਾਹੀਆਂ ਕਮਾ ਲੈਂਦੇ ਨੇ, ਪਿਆਰ ਕਮਾਉਣਾ ਸਭ ਤੋਂ ਔਖਾ ਹੈ। ਮੁਹੱਬਤ ਸਿਰਫ ਉਹੀ ਕਮਾ ਸਕਦਾ ਜਿਹੜਾ ਇਸ ਦੁਨੀਆਦਾਰੀ ਤੋਂ ਉੱਪਰ ਉੱਠ ਜਾਂਦਾ, ਜਿੱਥੇ ਰੂਹਾਨੀਅਤ ਦੀ ਦੁਨੀਆ ਵਸਦੀ ਹੈ, ਜਿੱਥੇ ਮਹਾਂਪੁਰਸ਼ਾਂ ਦੀ, ਜਿੱਥੇ ਸੱਚੇ ਪਾਤਸ਼ਾਹ ਦੀ ਦੁਨੀਆ ਵਸਦੀ ਹੈ, ਉੱਥੇ ਮੁਹੱਬਤ ਵਸਦੀ ਹੈ। ਸੋ ਅਸੀਂ ਤਾਂ ਮੁਹੱਬਤ ਦਾ ਕਮਾਣ ਆਏ ਹਾਂ ਦੁਨੀਆ ਦੇ ਵਿੱਚ। ਸੋ ਤੁਸੀਂ ਸਾਰੇ ਜੋਧੇ ਵਸਦੇ ਰਹੋ, ਖੁਸ਼ ਰਹੋ, ਰੱਬ ਤੁਹਾਨੂੰ ਸਾਰਿਆਂ ਨੂੰ ਰਾਜ਼ੀ ਰੱਖੇ। ਜਿਹੜੀਆਂ ਅੱਜ ਜੋੜੀਆਂ ਬਣੀਆਂ ਨੇ, ਪਰਮਾਤਮਾ ਉਹਨਾਂ ਨੂੰ ਭਾਗ ਲਾਵੇ, ਸੱਚੇ ਪਾਤਸ਼ਾਹ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦੇਵੇ ਔਰ ਸਦਾ ਹੱਸਦੇ ਵਸਦੇ ਰਹਿਣ। ਬੁੱਢ ਸੁਹਾਗਣਾ ਹੋਣ ਸਾਡੀਆਂ ਧੀਆਂ ਧਿਆਣੀਆਂ ਜਿਹੜੀਆਂ ਅੱਜ ਵਿਆਹ ਕੇ ਆਪਣੇ ਸਹੁਰੇ ਘਰ ਜਾਣਗੀਆਂ, ਉਹਨਾਂ ਦੇ ਸਾਰੇ ਪਰਿਵਾਰਾਂ ਨੂੰ, ਰਿਸ਼ਤੇਦਾਰਾਂ ਨੂੰ, ਸਾਰਿਆਂ ਨੂੰ ਬਹੁਤ ਸਾਰੀਆਂ ਮੁਬਾਰਕਾਂ। ਔਰ ਜਿੰਨੇ ਵੀ ਸਾਡੀ ਮਾਂ ਦੇ ਰਿਸ਼ਤੇਦਾਰ, ਫਰੈਂਡ ਸਰਕਲ, ਜਿੰਨੇ ਵੀ ਉਹਨਾਂ ਦੇ ਪਿਆਰੇ ਇੱਥੇ ਆਏ ਨੇ, ਉਹਨਾਂ ਨੂੰ ਵੀ ਸਾਰਿਆਂ ਨੂੰ ਬਹੁਤ ਸਾਰੀਆਂ ਮੁਬਾਰਕਾਂ। ਔਰ ਸਾਡਾ ਮੀਡੀਆ ਖੜ੍ਹਾ ਹੈ, ਤੁਹਾਡਾ ਬਹੁਤ ਸਾਰਾ ਥੈਂਕਸ। ਤੁਸੀਂ ਹਮੇਸ਼ਾ ਚੰਗੀਆਂ ਗੱਲਾਂ ਲੋਕਾਂ ਤੱਕ ਪਹੁੰਚਾਉਂਦੇ ਹੋ, ਜਦੋਂ ਕੋਈ ਚੰਗੇ ਕੰਮ ਹੁੰਦੇ ਨੇ ਫਿਰ ਬੰਦੇ ਜਿਹੜਾ ਵੀ ਇਸ ਪ੍ਰੋਗਰਾਮਾਂ ਨੂੰ ਦੇਖਣਗੇ ਉਹਨਾਂ ਨੂੰ ਵੀ ਸੇਧ ਮਿਲਦੀ ਹੈ ਕਿ ਅਸੀਂ ਵੀ ਆਪਣੇ ਕਮਾਈ 'ਚੋਂ ਦਸਵਾਂ ਦਸੌਂਦ ਕੱਢ ਕੇ ਕਿਸੇ ਚੰਗੇ ਥਾਂ 'ਤੇ ਲਾਈਏ। ਸੋ ਬਸ ਮੈਂ ਤਾਂ ਇਹੀ ਕਹਾਂਗੀ ਕਿ ਮੇਰੀ ਮਾਂ ਜਿਹੜੀ ਪੁਸ਼ਪਾ ਮਾਂ ਹੈ, ਧਰਤੀ ਦੇ ਉੱਤੇ ਜੇ ਕਿਸੇ ਨੇ ਦੇਖਣਾ ਹੋਵੇ ਨਾ ਵੀ ਪਰਮਾਤਮਾ ਤੁਹਾਨੂੰ ਇੱਦਾਂ ਨਹੀਂ ਦਿਖਦਾ ਹੈਗਾ, ਪਰਮਾਤਮਾ ਹਮੇਸ਼ਾ ਤੁਹਾਡੇ ਮਾਂ ਬਾਪ ਦੇ ਵਿੱਚੋਂ ਦਿਖਦਾ ਹੈ, ਤੁਹਾਡੇ ਗੁਰੂਆਂ ਦੇ ਵਿੱਚੋਂ ਦਿਖਦਾ, ਜਾਂ ਫਿਰ ਇੱਦਾਂ ਦੀਆਂ ਚੰਗੀਆਂ ਰੂਹਾਂ ਦੇ ਵਿੱਚੋਂ ਦਿਖਦਾ। ਸੋ ਬਹੁਤ ਸਾਰੀਆਂ ਮੁਬਾਰਕਾਂ ਮਾਤਾ, ਤੁਹਾਡਾ ਫੰਕਸ਼ਨ ਬਹੁਤ ਕਾਮਯਾਬ ਹੋਇਆ ਹੈ ਔਰ ਸਿਰੇ ਚੜ੍ਹਿਆ ਹੈ। ਤੁਸੀਂ ਹਮੇਸ਼ਾ ਉੱਥੇ ਬੈਠੇ ਸਿਆਟਲ 'ਚ ਬੈਠੇ ਹੋਏ ਆਪਣੇ ਪੰਜਾਬ ਦੀ ਧਰਤੀ ਨਾਲ ਜੁੜੇ ਰਹਿੰਦੇ ਹੋ, ਮਾਤਾ ਦੇ ਘਰ ਦੇ ਵਿੱਚ ਪੰਜਾਬ ਦਾ ਸਾਰਾ ਕਲਚਰ ਦੀਆਂ ਚੀਜ਼ਾਂ ਵਿਰਸਾ ਸੰਭਾਲ ਕੇ ਰੱਖਿਆ ਹੋਇਆ ਹੈ। ਅਸੀਂ ਜਿਹੜੀ ਫਿਲਮ ਬਣਾਈ ਸੀ ਪਿੰਡ ਅਮਰੀਕਾ, ਉਹ ਸਾਰੀ ਸ਼ੂਟਿੰਗ ਮਾਤਾ ਦੇ ਘਰ 'ਚ ਹੋਈ ਆ, ਕਿਉਂਕਿ ਮਾਤਾ ਨੇ ਆਪਣਾ ਪੰਜਾਬ ਦਾ ਸਾਰਾ ਵਿਰਸਾ ਉੱਥੇ ਸੰਭਾਲਿਆ ਹੋਇਆ। ਮਾਤਾ ਦੇ ਘਰ 'ਚ ਸ਼ੂਟਿੰਗ ਹੋਈ ਹੈ, ਮਾਤਾ ਨੇ ਵੀ ਕੰਮ ਕੀਤਾ ਉਹਦੇ ਵਿੱਚ ਔਰ ਬਹੁਤ ਸੋਹਣਾ ਕੰਮ ਕੀਤਾ ਸਾਡੀ ਮਾਂ ਨੇ। ਮਾਂ ਹਮੇਸ਼ਾ ਜਦੋਂ ਵੀ ਸੌਂਦੀ ਆ ਇਹਨੂੰ ਸੁਪਨੇ ਸਾਡੇ ਪੰਜਾਬ ਦੇ ਹੀ ਆਉਂਦੇ ਆ, ਇਸ ਧਰਤੀ ਦੇ ਹੀ ਆਉਂਦੇ ਨੇ, ਕਿਉਂਕਿ ਮਾਂ ਦੇ ਬਹੁਤ ਸਾਰੇ ਪਿਆਰੇ ਇੱਥੇ ਹੀ ਰਹਿੰਦੇ ਨੇ। ਸੋ ਤੇਰੀਆਂ ਮਾਤਾ ਦੋਨੋਂ ਧਰਤੀਆਂ ਆਬਾਦ ਰਹਿਣ, ਸਿਆਟਲ ਵਾਲੀ ਵੀ ਅਤੇ ਪੰਜਾਬ ਵਾਲੀ ਵੀ, ਤੇਰੇ ਪਿਆਰੇ ਹਮੇਸ਼ਾ
ਸੁਖੀ ਵਸਣ, ਖੁਸ਼ ਰਹਿਣ। ਥੈਂਕ ਯੂ। ਖਾਣਾ ਬਣਾਉਣ ਦੇ ਨਾਲ ਨਾਲ ਇਹ ਬੇਬੇ ਕਈ ਲੋਕ ਭਲਾਈ ਦੇ ਕੰਮ ਵੀ ਕਰਦੀ ਹੈ। ਬੇਬੇ ਪੰਜਾਬ ਦੇ ਵਿੱਚ ਕਈ ਗਰੀਬ ਕੁੜੀਆਂ ਦੇ ਵਿਆਹਾਂ ਵਿੱਚ ਮਾਲੀ ਮਦਦ ਕਰਦੀ ਹੈ। ਪੱਥਰਾਂ ਦੇ ਦੇਸ਼ ਵਿੱਚ ਇਹ ਬੇਬੇ ਸੱਚਮੁੱਚ ਮਾਂ ਦੀ ਗੋਦ ਦਾ ਨਿੱਘ ਹੈ।